ਉਹਨੂੰ ਲੈ ਗਏ ਜੀ, ਕਹਿ ਕੇ ਵੀ ਤੁਹਾਨੂੰ ਦਵਾਈ ਲਿਆਵਾਂਗੇ ਦਵਾ ਕੇ ਜੀ। ਇਹ ਬਹਾਨੇ ਨਾਲ ਉਹਨੂੰ ਲੈ ਜਾ ਕੇ ਜੀ ਘਰ ਦਾਰੂ ਦੂਰੂ ਪੜਾਉਂਦੇ ਨੇ ਜੀ, ਅਤੇ ਘਰ ਜਾ ਕੇ ਥਾਂਬਲੇ ਨਾਲ ਬੰਨ ਕੇ ਜੀ ਬਹੁਤ ਬੁਰੀ ਹਾਲਤ ਨਾਲ ਰਾੜਾਂ ਅਤੇ ਡਾਂਗਾਂ ਨਾਲ ਜੀ ਕੁੱਟਦੇ ਨੇਗੇ, ਪਲਾਸ ਨਾਲ ਮਾਸਕ ਖਿੱਚ ਰਹੇ ਨੇ ਜੀ, ਕੈਂਚੀ ਨਾਲ ਜੀਭ ਕੱਟਣ ਨੂੰ ਕਹਿੰਦੇ ਜੀ, ਗਾਲਾਂ ਦਾਰੂ ਦੂਰੂ ਪੀਤੀ ਹੋਈ, ਗਾਲ ਗੂਲ ਦਿੱਤੀ ਹੋਈ ਮਾੜੀ ਮੋਟੀ, ਅਤੇ ਜੀ ਬਸ ਉੱਥੇ ਜਾ ਕੇ ਬੰਨ ਕੇ ਜੀ ਰਾੜਾਂ ਨਾਲ ਕੁੱਟਿਆ ਜੀ। ਕਿੰਨੇ ਭੈਣ ਭਰਾ ਹੈਗੇ ਤੁਸੀਂ, ਤੁਹਾਡੇ ਘਰ ਦਾ ਗੁਜ਼ਾਰਾ ਜਿਹੜਾ ਹੁਣ ਕਿਸ ਤਰ੍ਹਾਂ ਚੱਲੇਗਾ? ਹੁਣ ਤਾਂ ਜੀ ਮੁਸ਼ਕਿਲ ਆਈ ਜਮੀ ਕੰਮ ਜੀ, ਉਹਨੂੰ ਧੋਖੇ ਨਾਲ ਲਿਜਾ ਕੇ ਉਹਨੂੰ ਥਾਂਬਲੇ ਨਾਲ ਬੰਨ ਕੇ ਕੁੱਟਿਆ, ਰਾੜ ਮਾਰੇ ਪੈਰਾਂ 'ਤੇ ਲੱਤਾਂ 'ਤੇ। ਇਹ ਲੋਕਾਂ ਨੂੰ ਇਹ ਸੀਗਾ ਵੀ ਇਹ ਜਿਹੜੇ ਐਕਸਰੇ ਦੇ ਵਿੱਚ ਨਹੀਂ ਆਉਣਗੇ। ਇਹ ਵੀ ਸੁਣਨ ਦੇ ਵਿੱਚ ਆਇਆ ਕਿ ਜਿਹੜੇ ਲਾਗੇ ਜਿਹੜੇ ਕੁੱਤੇ ਵਗੈਰਾ ਬਿਠਾਏ ਹੋਏ ਸੀ, ਜਿਹੜਾ ਮਾਸ ਨੋਚ ਨੋਚ ਕੇ ਉਹਨਾਂ ਨੂੰ ਖਵਾਇਆ ਜਾਂਦਾ ਸੀ। ਇਹਦੇ ਵਿੱਚ ਰਾਜਨੀਤੀ ਦਾ ਬਹੁਤ ਵੱਡਾ ਹੱਥ ਹੈ ਜੀ। ਭੱਠਲ ਦਾ ਭਤੀਜਾ, ਭੱਠਲ ਬੀਬੀ ਦਾ ਸਲਾਹਕਾਰ ਵੀ ਹੈ, ਅਤੇ ਉਹਦੇ ਨਾਲ ਉਹਨਾਂ ਨੇ ਇਹਨਾਂ ਨੂੰ ਸ਼ਹਿ ਦਿੱਤੀ ਹੈ ਵੀ ਤੁਸੀਂ ਥਾਣੇਦਾਰ ਨੂੰ ਵੀ ਕਿਹਾ, ਕੋਈ ਨਾ ਬਾਈ ਜੀ ਕਹਿੰਦਾ ਇਹਨਾਂ ਦੀ ਗੱਲ ਨਹੀਂ ਸੁਣਨੀ, ਵੀ ਪੁਲਿਸ ਪ੍ਰਸ਼ਾਸਨ 'ਤੇ ਸਾਨੂੰ ਪੂਰਾ ਭਰੋਸਾ ਨਹੀਂ ਹੈ ਵੀ ਉਹ 'ਤੇ ਕੀ ਕਾਰਵਾਈ ਕੀਤੀ ਹੈ, ਹਜੇ ਸਾਨੂੰ ਇਹ ਅਤੇ ਇੱਥੇ ਤੱਕ ਵੀ ਯਕੀਨ ਨਹੀਂ ਵੀ ਉਹਨਾਂ ਨੂੰ ਉਹ ਕਰ ਲਿਆ ਫੜ ਲਿਆ। ਜਿਵੇਂ ਹੀ ਜੱਗਾ ਸਿੰਘ ਦੀ ਮੌਤ ਦੀ ਖਬਰ ਆਈ ਤਾਂ ਸਾਰੇ ਪਿੰਡ ਦੇ ਵਿੱਚ ਜਿਹੜੀ ਸੋਗ ਦੀ ਲਹਿਰ ਜਿਹੜੀ ਹੈਗੀ ਆ ਉਹ ਫੈਲ ਗਈ। ਜਿੱਥੇ ਜਿਹੜੀਆਂ ਜਥੇਬੰਦੀਆਂ ਸੀ ਜਾਂ ਸੰਗਠਨ ਸੀਗੇ ਉਹ ਪਹੁੰਚਣਾ ਸ਼ੁਰੂ ਹੋਏ, ਉੱਥੇ ਹੀ ਕੁਛ ਜਿਹੜੀਆਂ ਕਿਸਾਨ ਯੂਨੀਅਨ ਦੇ ਜਿਹੜੇ ਆਗੂ ਸੀਗੇ ਉਹ ਵੀ ਪਹੁੰਚੇ ਨੇ, ਔਰ ਸਾਡੇ ਨਾਲ ਜਿਹੜੇ ਹੈਗੇ ਨੇ ਜੱਗਾ ਸਿੰਘ ਦੇ ਬੇਟਾ ਉਹ ਮੌਜੂਦ ਨੇ। ਉਹਨਾਂ ਤੋਂ ਜਾਣਾਂਗੇ ਸਾਰੀ ਗੱਲਬਾਤ ਕਿਸ ਤਰ੍ਹਾਂ ਦੀ ਜਿਹੜੀ ਘਟਨਾ ਸੀ ਉਹ ਵਾਪਰੀ, ਕਿਸ ਤਰ੍ਹਾਂ ਦਾ ਸਤੱਦਰ ਜਿਹੜਾ ਹੈਗਾ ਜੱਗਾ ਸਿੰਘ ਦੇ ਉੱਪਰ ਢਾਇਆ ਗਿਆ ਸੀਗਾ, ਕਿਸ ਤਰ੍ਹਾਂ ਜਿਹੜੀ ਘਟਨਾ ਵਾਪਰੀ, ਕੀ ਰੰਜਸ ਮੰਨਦੇ ਹੈਗੇ ਤੁਸੀਂ, ਤੁਹਾਡੇ ਪਾਪਾ ਨਾਲ ਕਿਸ ਤਰ੍ਹਾਂ ਦੀ ਰੰਜਸ ਸੀਗੀ ਪਹਿਲਾਂ? ਜੀ ਦਿਵਾਲੀ ਵਾਲੇ ਦਿਨ ਦੀ ਗੱਲ ਹੈ ਜੀ, ਇਹ ਉੱਦਾਂ ਹੀ ਗਾਲ ਗੋਲ ਕੱਢੀ ਗਈ, ਉੱਦਾਂ ਵੀ ਲੜ ਪੈ ਦੀ ਗਈ ਅਤੇ ਉਹਨਾਂ 'ਤੇ ਕੇਸ ਕੀਤਾ ਗਿਆ ਜੀ, ਅਤੇ ਉਹ ਛੇ ਤਰੀਕ ਨੂੰ ਜੀ ਰਾਜੀ ਬੰਦਾ ਕਰਾ ਦਾਰੂ ਦੂਰੂ ਪਲਾ ਕੇ ਜੀ ਮੋਟਰ 'ਤੇ ਲਿਆ ਕੇ ਗੂਠਾ ਰਾਜੀ ਬੰਦਾ ਕਰਾ ਲਿਆ ਸੀਗਾ ਜੀ, ਅਤੇ ਉਸ ਤੋਂ ਅਗਲੇ ਦਿਨ ਜੀ ਇੱਥੋਂ ਆਪਣੇ ਮੋੜ ਤੋਂ ਜੀ ਅਤੇ ਉਹਨੂੰ ਲੈ ਗਏ ਜੀ, ਕਹਿ ਕੇ ਵੀ ਤੁਹਾਨੂੰ ਦਵਾਈ ਲਿਆਵਾਂਗੇ ਦਵਾ ਕੇ ਜੀ। ਇਹ ਬਹਾਨੇ ਨਾਲ ਉਹ ਲੈ ਜਾ ਕੇ ਜੀ ਘਰ ਦਾਰੂ ਦੂਰੂ ਪੜਾਉਂਦੇ ਨੇ ਜੀ, ਅਤੇ ਘਰ ਜਾ ਕੇ ਥਾਂਬਲੇ ਨਾਲ ਬੰਨ ਕੇ ਜੀ ਬਹੁਤ ਬੁਰੀ ਹਾਲਤ ਨਾਲ ਰਾੜਾਂ ਅਤੇ ਡਾਂਗਾਂ ਨਾਲ ਜੀ ਕੁੱਟਦੇ ਨੇਗੇ, ਤੇਜ਼ਾਬ ਪਾਉਂਦੇ ਨੇ ਜੀ, ਪਲਾਸ ਨਾਲ ਮਾਸਕ ਖਿੱਚ ਰਹੇ ਨੇ ਜੀ, ਕੈਂਚੀ ਨਾਲ ਜੀਭ ਕੱਟਣ ਨੂੰ ਕਹਿੰਦੇ ਜੀ, ਬਹੁਤ ਬੁਰੀ ਹਾਲਤ ਨਾਲ ਕੁੱਟਦੇ ਨੇ ਜੀ। ਉਸ ਤੋਂ ਬਾਅਦ ਫਿਰ ਤੁਹਾਡੇ ਜਿਹੜੇ ਪਾਪਾ ਸੀਗੇ ਜਦੋਂ ਉਹਨਾਂ ਵੱਲੋਂ ਕੁੱਟਿਆ ਗਿਆ ਬੁਰੀ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਉਹਨਾਂ ਦੇ ਉੱਪਰ ਜਿਹੜਾ ਹਮਲਾ ਕੀਤਾ ਗਿਆ, ਉਸ ਤੋਂ ਬਾਅਦ ਤੁਸੀਂ ਹੋਸਪਿਟਲ ਵਗੈਰਾ ਲੈ ਕੇ ਗਏ, ਕਿਸ ਤਰ੍ਹਾਂ ਉੱਥੇ ਵੀ ਗੱਲ ਸਾਹਮਣੇ ਆ ਰਹੀ ਕਿ ਹੋਸਪਿਟਲ 'ਚ ਡਾਕਟਰਾਂ ਵੱਲੋਂ ਵੀ ਨਹੀਂ ਸੰਭਾਲਿਆ ਗਿਆ, ਕੀ ਮੰਨਦੇ ਹੋ? ਪਹਿਲਾਂ ਜੀ ਲਹਿਰੇ ਗਏ ਜੀ ਮੇਰੇ ਪਾਪਾ ਜੀ, ਉਹਨਾਂ ਨੇ ਅਸੀਂ ਤੋੜਤਾ ਜੀ ਕਰਿਆ ਨੀਗਾ ਜੀ, ਫਿਰ ਸੰਗਰੂਰ ਗਈ, ਸੰਗਰੂਰ ਵਾਲੇ ਨੇ ਵੀ ਨਹੀਂ ਉਹ ਕਰਾਈ, ਨਾ ਹੀ ਉਦੋਂ ਪੁਲਿਸ ਨੇ ਵੀ ਕਾਰਵਾਈ ਛੇਤੀ ਕੀਤੀ ਜੀ, ਇਹਨਾਂ ਨੂੰ ਵੀ ਨਾਲ ਹੀ ਸਖ਼ਤ ਸਜ਼ਾ ਮਿਲਣੀ ਚਾਹੀਦੀ ਇਹਨਾਂ ਨੂੰ ਵੀ। ਡਾਕਟਰਾਂ ਨੇ ਵੀ ਨਹੀਂ ਸੰਭਾਲਿਆ ਹੈਗਾ ਕਿਸੇ ਜੀ? ਸੰਭਾਲਿਆ ਨਹੀਂ ਗਈ ਪਹਿਲਾਂ ਜੀ, ਦੁਬਾਰਾ ਵੀ ਫਿਰ ਅਸੀਂ ਬਾਅਦ 'ਚ ਸਾਰਿਆਂ ਨੇ ਇਕੱਠੇ ਹੋ ਕੇ ਗਈ, ਉਸ ਤੋਂ ਬਾਅਦ ਮਾੜਾ ਕਾਰਵਾਈ ਕੀਤੀ ਜੀ। ਕਿੰਨੇ ਭੈਣ ਭਰਾ ਹੈਗੇ ਤੁਸੀਂ, ਤੁਹਾਡੇ ਘਰ ਦਾ ਗੁਜ਼ਾਰਾ ਜਿਹੜਾ ਹੁਣ ਕਿਸ ਤਰ੍ਹਾਂ ਚੱਲੇਗਾ? ਹੁਣ ਤਾਂ ਜੀ ਮੁਸ਼ਕਿਲ ਆਈ ਜਮੀ ਕੰਮ ਜੀ, ਮੇਰਾ ਡੈਡੀ ਇਕੱਲਾ ਸੀਗਾ ਜੀ ਚਲਾਉਣ ਵਾਲਾ ਜੀ ਘਰ ਦਾ ਖਰਚਾ ਜੀ, ਦੋ ਭੈਣਾਂ ਨੇ ਜੀ, ਮੈਂ ਇਕੱਲਾ, ਮੇਰੀ ਬੇਬੇ ਆਈ, ਦੋ ਤਾਏ ਨੇ ਜੀ ਅਤੇ ਇੱਕ ਮੰਮੀ ਆਈ।
ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਬੱਚੇ ਦੇ ਜੋ ਦਿਲ ਦੇ ਵਿੱਚ ਗੱਲਾਂ ਨੇ, ਜੋ ਦਰਦ ਹੈਗਾ ਕਿ ਆਪਣੇ ਜਵਾਨ ਦੇ ਉੱਪਰੋਂ ਆਪਣੇ ਪਿਤਾ ਦੇ ਉੱਪਰ ਜੋ ਸਤੱਦਰ ਜਿਹੜਾ ਢਾਇਆ ਗਿਆ ਉਹ ਕਿਸ ਤਰ੍ਹਾਂ ਬਿਆਨ ਕਰ ਰਹੇ ਨੇ ਤੁਸੀਂ ਸਮਝ ਸਕਦੇ ਹੋ। ਸਾਡੇ ਨਾਲ ਜੱਗਾ ਸਿੰਘ ਦੇ ਗੁਆਂਢੀ ਨੇ ਜਿਹੜੇ ਉਹ ਵੀ ਮੌਜੂਦ ਨੇ, ਉਹਨਾਂ ਤੋਂ ਵੀ ਜਾਣਾਂਗੇ ਕਿ ਕਿਸ ਤਰ੍ਹਾਂ ਦੀ ਜਿਹੜੀ ਘਟਨਾ ਹੈਗੀ ਆ ਉਹ ਵਾਪਰੀ ਹੈਗੀ ਆ। ਵੀਰ ਜੀ, ਕਿਸ ਤਰ੍ਹਾਂ ਘਟਨਾ ਵਾਪਰੀ ਹੈ? ਮੈਂ ਸੁਖਚੈਨ ਸਿੰਘ ਜੱਗਾ ਸਿੰਘ ਦਾ ਗੁਆਂਢੀ ਹਾਂ। ਜੱਗੇ ਸਿੰਘ ਦਾ ਜਿਹੜਾ ਵਰਤੀਰਾ ਸੀਗਾ ਉਹ ਇੰਨਾ ਖਰਾਬ ਨਹੀਂ ਸੀਗਾ ਵੀ ਜਿਹੜਾ ਇੱਥੇ ਤੱਕ ਮੌਤ ਤੱਕ ਇਨਜਾਮ ਦੇਤਾ, ਮੌਤ ਬਹੁਤ ਬੁਰੇ ਤਰੀਕੇ ਨਾਲ ਦਿੱਤੀ ਹੈ। ਜਿਨ੍ਹਾਂ ਨੇ ਮੌਤ ਦਿੱਤੀ ਹੈ ਇਹਨਾਂ ਦਾ ਝਗੜਾ ਦਿਵਾਲੀ ਵਾਲੇ ਦਿਨ ਇਹਦੀ ਕੁੱਟਮਾਰ ਕੀਤੀ ਗਈ ਸੀ, ਇਹਦੇ ਅੰਗੂਠੇ 'ਤੇ ਸੱਟ ਮਾਰੀ ਸੀਗੀ, ਇਹਨੇ ਪੁਲਿਸ ਦੇ ਵਿੱਚ ਜਾ ਕੇ ਰਿਪੋਰਟ ਲਿਖਾਈ ਸੀਗੀ, ਜਦੋਂ ਕਿ ਪੁਲਿਸ ਨੇ ਉਹਦਾ ਰਾਜ਼ੀਨਾਮਾ 6 ਤਰੀਕ ਨੂੰ ਰਾਜ਼ੀਨਾਮਾ ਕਰਵਾ ਕੇ ਪੰਚਾਇਤ ਗਈ ਹੈ, ਉਹਨੂੰ ਕੁਛ ਪੈਸੇ ਦਾ ਲਾਲਚ ਦੇ ਕੇ ਰਾਜ਼ੀਨਾਮਾ ਹੋ ਗਿਆ, ਉਹਨੂੰ ਪੈਸੇ ਨਾ ਦੇਣ ਕਰਕੇ ਉਹ ਖੇਤ 'ਚ ਕਾਤਲ ਲੋਕ ਖੇਤ ਵਿੱਚ ਕਣਕ ਬੀਜ ਰਹੇ ਸੀਗੇ, ਉੱਥੇ ਜਾ ਕੇ ਇਹ ਟਰੈਕਟਰ ਮੂਹਰੇ ਵੀ ਪਿਆ ਵੀ ਮੈਨੂੰ ਪੈਸੇ ਦਿਓ, ਮੇਰੇ ਘਰ ਦਾ ਗੁਜ਼ਾਰਾ ਔਖਾ ਹੈ। ਅਤੇ ਇਹਨਾਂ ਨੇ ਉਹਨਾਂ ਨੂੰ ਜੱਗਾ ਸਿੰਘ ਨੂੰ ਸ਼ਰਾਬ ਪਿਆ ਕੇ ਲੋਕਾਂ ਨੂੰ ਨਾਲ ਲੜਨ ਦਾ ਸੰਦੇਸ਼ ਦਿੱਤਾ ਵੀ ਤੈਨੂੰ ਫਲਾਣੇ ਨਾਲ ਲੜ ਪਾ, ਉਹਦੇ ਨਾਲ ਅਸੀਂ ਤੇ ਤੋਂ ਪੈਸੇ ਦਵਾ ਦਾਂਗੇ, ਪਰ ਸਾਡੇ ਕੋਲ ਕੁਛ ਨਹੀਂ ਹੈ। ਅਤੇ ਉਦੋਂ ਬਾਅਦ 'ਚ ਜੱਗੇ ਦੇ ਦਿਮਾਗ ਦੇ ਵਿੱਚ ਦਾਰੂ ਪਿਆ ਕੇ ਜਦੋਂ ਗੁੱਸਾ ਸੀਗਾ ਉਹ ਇਹਨਾਂ ਨੂੰ ਗਾਲਾਂ ਕੱਢ ਬੈਠਾ, ਅਤੇ ਗਾਲਾਂ ਕੱਢਣ ਤੋਂ ਬਾਅਦ 'ਚ ਇਹਨਾਂ ਨੇ ਸਵੇਰੇ ਇਹਨੂੰ ਭਾਲ ਕੇ ਪਿੰਡ 'ਚ ਕਈ ਥਾਂ 'ਤੇ ਕਈ ਘਰਾਂ ਦੇ ਵਿੱਚ ਲੁਕਿਆ, ਉੱਥੋਂ ਕੱਢ ਕੇ ਕਹਿੰਦੇ ਵੀ ਤੈਨੂੰ ਲਾਡੀ ਸਿੰਘ ਨੇ ਬੁਲਾਇਆ ਅਤੇ ਉਸ ਤੋਂ ਬਾਅਦ 'ਚ ਤੈਨੂੰ ਦਵਾਈ ਦਵਾ ਕੇ ਲਿਆਵਾਂਗੇ। ਉਹਨੂੰ ਧੋਖੇ ਨਾਲ ਲਿਜਾ ਕੇ ਉਹਨੂੰ ਥੰਮਲੇ ਨਾਲ ਬੰਨ੍ਹ ਕੇ ਕੁੱਟਿਆ, ਰਾੜ ਮਾਰੇ ਪੈਰਾਂ 'ਤੇ ਲੱਤਾਂ 'ਤੇ। ਇਹ ਲੋਕਾਂ ਨੂੰ ਇਹ ਸੀਗਾ ਵੀ ਇਹ ਜਿਹੜੇ ਐਕਸਰੇ ਦੇ ਵਿੱਚ ਨਹੀਂ ਆਉਣਗੇ, ਉਹ ਸੱਟਾਂ ਮਾਰੀਆਂ, ਮਾਸ ਉਹਦਾ ਅਧੇੜਤਾ ਪਲਾਸਾਂ ਨਾਲ ਖਿੱਚਿਆ, ਪਿਸ਼ਾਬ ਪਿਆਇਆ, ਹੋਰ ਵੀ ਸੁਣਨ 'ਚ ਆਉਂਦਾ ਹੈ ਵੀ ਉਹਨੂੰ ਤੇਜ਼ਾਬ ਵੀ ਪਿਆਇਆ ਕਿਉਂਕਿ ਉਹਦੀ ਪਿਸ਼ਾਬ ਵਾਲੀ ਜਗ੍ਹਾ ਬਿਲਕੁਲ ਗਲ ਚੁੱਕੀ ਸੀ, ਗੁਰਦੇ ਫੇਲ ਹੋ ਗਏ। ਇਹ ਵੀ ਸੁਣਨ ਦੇ ਵਿੱਚ ਆਇਆ ਕਿ ਜਿਹੜੇ ਲਾਗੇ ਜਿਹੜੇ ਕੁੱਤੇ ਵਗੈਰਾ ਬਿਠਾਏ ਹੋਏ ਸੀ, ਜਿਹੜਾ ਮਾਸ ਨੋਚ ਨੋਚ ਕੇ ਉਹਨਾਂ ਨੂੰ ਖਵਾਇਆ ਜਾਂਦਾ ਸੀ। ਜਿਹੜੀ ਇਹ ਕਹਾਣੀ ਹੈ ਜੀ, ਇਹ ਕੁਛ ਸਾਲ ਪਹਿਲਾਂ ਦੀ ਆ, ਜਿਹੜੇ ਕੁੱਤੇ ਨੋਚ ਨੋਚ ਕੇ ਮਤਲਬ ਕਿ ਕਿਸੇ ਦਾ ਕਤਲ ਕੀਤਾ ਸੀਗਾ ਇਹਨਾਂ ਨੇ, ਉਹਨੂੰ ਕੁੱਤਿਆਂ ਨੂੰ ਆਲੇ ਦੁਆਲੇ ਬਿਠਾ ਕੇ ਉਹ ਮਾਸ ਵੱਢ ਵੱਢ ਕੇ ਚਾਕੂਆਂ ਨਾਲ ਉਸ ਕੁੱਤੇ ਨੂੰ ਖਵਾਇਆ ਜਾਂਦਾ ਸੀਗਾ ਅਤੇ ਉਹਨੂੰ ਬਹੁਤ ਦਰਦਨਾਕ ਮੌਤ ਦਿੱਤੀ ਸੀਗੀ। ਪਹਿਲਾਂ ਵੀ ਇਹਨਾਂ ਦਾ ਇਹ ਹੱਥ ਖੁੱਲਿਆ ਹੋਇਆ ਸੀਗਾ। ਕਿੱਥੋਂ ਦੀ ਘਟਨਾ ਸੀਗੀ ਇਹ? ਇਹ ਇਸੇ ਪਿੰਡ ਦੀ ਹੈ, ਚੰਗਾਲੀ ਵਾਲੇ ਦੀ। ਪਹਿਲਾਂ ਵੀ ਘਟਨਾ ਬਹੁਤ ਇਹਨਾਂ ਦੇ ਦਾਦਿਆਂ ਨੇ ਕੀਤਾ ਹੋਇਆ ਕਾਂਡ, ਇਸ ਪਰਿਵਾਰ ਦੇ ਨਾਲ ਇਹ ਤੀਜੀ ਘਟਨਾ ਹੈ। ਪਹਿਲਾਂ ਇਹਦੇ ਜਿਹੜਾ ਜੱਗੇ ਤੋਂ ਛੋਟਾ ਭਰਾ ਵੱਡਾ ਭਰਾ ਸੀਗਾ ਉਹਨੂੰ ਵੀ ਸਜ਼ਾ ਕੱਟਣੀ ਪਈ ਸੀਗੀ, ਸਾਧ ਨੂੰ ਇਹਨਾਂ ਨੇ ਮਾਰਿਆ ਸੀਗਾ, ਉਸ ਤੋਂ ਬਾਅਦ 'ਚ ਉਹ ਸਜ਼ਾ ਵੀ ਕੱਟ ਗਿਆ ਹੈ। ਇੱਕ ਸਾਲ ਪਹਿਲਾਂ ਜਿਹੜਾ ਉਹਦਾ ਭਰਾ ਗੁਰਤੇਜ ਹੈ ਉਹਦੀਆਂ ਵੀ ਦੋਨੇ ਬਾਹਾਂ ਤੁਸੀਂ ਦੇਖ ਸਕਦੇ ਹੋ, ਦਿਖਾ ਵੀ ਸਕਦੇ ਹੋ। ਇੰਨਾ ਵੱਡਾ ਜਿਹੜਾ ਹੈਗਾ ਇਸ ਪਿੰਡ ਦੇ ਵਿੱਚ ਬਵਾਲ ਜਿਹੜਾ ਛਿੜਿਆ ਹੋਇਆ, ਪਰ ਕਾਰਵਾਈ ਜਿਹੜੀ ਹੈਗੀ ਆ ਉਹਨਾਂ ਦੇ ਉੱਪਰ ਬੇਸ਼ੱਕ ਹੋ ਗਈ ਹੈ, ਪਰ ਕਿਉਂ ਜਿਹੜਾ ਵਾਰ ਵਾਰ ਇਹ ਜਿਹੀਆਂ ਘਟਨਾ ਕਿਉਂ ਵਾਪਰਦੀਆਂ? ਕੀ ਮੰਨਦੇ ਹੋ, ਕੋਈ ਰਾਜਨੀਤੀ ਦਾ ਜਿਹੜਾ ਹੈਗਾ ਹੱਥ ਹੈਗਾ ਇਹਦੇ ਵਿੱਚ? ਇਹਦੇ ਵਿੱਚ ਰਾਜਨੀਤੀ ਦਾ ਬਹੁਤ ਵੱਡਾ ਹੱਥ ਹੈ ਜੀ, ਉਹੀ ਕਰਵਾ ਰਹੇ ਨੇ। ਜੇਕਰ ਜੱਗੇ ਅਤੇ ਪੁਲਿਸ ਅਤੇ ਸਰਕਾਰ ਜਾਂ ਸਰਕਾਰ ਦਾ ਹੈਨਰੀ ਵੀ ਇਹਦੇ 'ਤੇ ਸਖਤ ਨੋਟਿਸ ਲੈਂਦਾ। ਕੌਣ ਹੈਨਰੀ ਹੈਗਾ? ਕੌਣ ਹੈਨਰੀ? ਇਹ ਭੱਠਲ ਦਾ ਭਤੀਜਾ
ਮਤਲਬ ਭੱਠਲ ਬੀਬੀ ਦਾ ਸਲਾਹਕਾਰ ਵੀ ਹੈ ਅਤੇ ਉਹਦੇ ਨਾਲ ਉਹਨਾਂ ਨੇ ਇਹਨਾਂ ਨੂੰ ਸ਼ਹਿ ਦਿੱਤੀ ਹੈ ਵੀ ਤੁਸੀਂ ਥਾਣੇਦਾਰ ਨੂੰ ਵੀ ਕਿਹਾ ਕੋਈ ਨਾ ਬਾਈ ਜੀ, ਕਹਿੰਦਾ ਇਹਨਾਂ ਦੀ ਗੱਲ ਨਹੀਂ ਸੁਣਨੀ। ਜੱਗਾ ਸਿੰਘ ਠੀਕ ਸੀਗਾ, ਮਾੜਾ ਮੋਟਾ ਨਸ਼ਾ ਕਰਦਾ ਸੀ, ਸ਼ਰਾਬ ਪੀਂਦਾ ਸੀਗਾ, ਉਹ ਆਮ ਲੋਕਾਂ ਦੇ ਵਿੱਚ ਚੱਲਦਾ ਹੈ ਵੀ ਅੱਜ ਕੱਲ੍ਹ ਸ਼ਰਾਬ ਆਮ ਹੀ ਹੋ ਗਈ ਹੈ। ਅਤੇ ਉਸ ਤੋਂ ਬਾਅਦ 'ਚ ਇੰਨੀ ਸਜ਼ਾ ਜਿਹੜੀ ਮਾੜੀ ਦਿੱਤੀ ਹੈ ਵੀ ਉਹ ਨਿੰਦਣਯੋਗ ਹੈ, ਉਹ ਸਾਡੇ ਪਿੰਡ ਤੋਂ ਬਰਦਾਸ਼ਤ ਨਹੀਂ ਹੋ ਰਹੀ ਵੀ ਸਾਰਾ ਹਰੇਕ ਅੱਖ ਅੱਖ ਰੋਂਦੀ ਹੈ। ਹੁਣ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਹੈਗਾ ਜਾਮ ਲਗਾ ਦਿੱਤਾ ਹੈਗਾ, ਜਿਹੜਾ ਸੜਕ ਹੈ ਜਿਹੜੀ ਉਹ ਬਲੌਕ ਕਰ ਦਿੱਤੀ ਹੈ ਪੂਰੀ ਤਰ੍ਹਾਂ। ਸੰਗਠਨ ਨੇ ਜਿਹੜੇ ਹੈਗੇ ਜਥੇਬੰਦੀਆਂ ਨੇ ਉਹ ਪਹੁੰਚ ਗਈਆਂ ਨੇ, ਸੰਘਰਸ਼ ਜਿਹੜਾ ਵਿੱਢਿਆ ਜਾ ਰਿਹਾ, ਕੀ ਮੰਗਾਂ ਨੇ ਤੁਹਾਡੀਆਂ ਹੁਣ? ਸਾਡੀਆਂ ਮੰਗਾਂ ਇਹੀ ਜੇ ਵੀ ਪੁਲਿਸ ਪ੍ਰਸ਼ਾਸਨ 'ਤੇ ਸਾਨੂੰ ਪੂਰਾ ਭਰੋਸਾ ਨਹੀਂ ਹੈ ਵੀ ਉਹ 'ਤੇ ਕੀ ਕਾਰਵਾਈ ਕੀਤੀ ਹੈ, ਹਜੇ ਸਾਨੂੰ ਇਹ ਤੇ ਇੱਥੇ ਤੱਕ ਵੀ ਯਕੀਨ ਨਹੀਂ ਵੀ ਉਹਨਾਂ ਨੂੰ ਉਹ ਕਰ ਲਿਆ, ਫੜ ਲਿਆ। ਪਰ ਹੁਣ ਸਾਡੀ ਮੰਗ ਹੈ ਵੀ 50 ਲੱਖ ਰੁਪਈਆ ਪਰਿਵਾਰ ਨੂੰ ਅਤੇ ਇੱਕ ਸਰਕਾਰੀ ਨੌਕਰੀ ਬੱਚਿਆਂ ਦੀ ਮਾਂ ਨੂੰ ਦਿੱਤੀ ਜਾਵੇ ਕਿਉਂਕਿ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇ, ਨਹੀਂ ਤਾਂ ਕੱਲ੍ਹ ਨੂੰ ਫਿਰ ਵੀ ਇਹੋ ਜਿਹੇ ਕਾਂਡ ਹੁੰਦੇ ਰਹੇ। ਕੀ ਮੰਨਦੇ ਹੋ ਜਦ ਤੱਕ ਤੁਹਾਡੀ ਮੰਗ ਜਿਹੜੀ ਹੈਗੀ ਆ ਉਹ ਮੰਨੀ ਨਹੀਂ ਜਾਂਦੀ, ਜੱਗਾ ਸਿੰਘ ਦੀ ਜਿਹੜੀ ਡੈੱਡ ਬੋਡੀ ਉਦੋਂ ਤੱਕ ਹੋਸਪਿਟਲ 'ਚੋਂ ਨਹੀਂ ਲਈ ਜਾਏਗੀ? ਅਸੀਂ ਪੋਸਟਮਾਰਟਮ ਨਹੀਂ ਕਰਵਾਵਾਂਗੇ ਜੀ ਜਿੰਨਾ ਚਿਰ ਸਾਡੀਆਂ ਮੰਗਾਂ 'ਤੇ ਗੌਰਮੈਂਟ ਗੌਰ ਨਹੀਂ ਕਰਦੀ। ਸੋ ਬਿਲਕੁਲ ਇਹ ਸਨ ਉਹ ਜੱਗਾ ਸਿੰਘ ਦੇ ਗੁਆਂਢੀ ਜਿਨ੍ਹਾਂ ਦਾ ਸਿੱਧੇ ਤੌਰ ਦੇ ਉੱਪਰ ਕਹਿਣਾ ਹੈਗਾ ਕਿ ਜੇਕਰ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਜੱਗਾ ਸਿੰਘ ਦੀ ਜਿਹੜੀ ਲਾਸ਼ ਹੈ ਉਹ ਹੋਸਪਿਟਲ ਦੇ ਵਿੱਚੋਂ ਨਹੀਂ ਲੈ ਕੇ ਆਉਂਦੀ ਜਾਵੇਗੀ, ਨਾ ਹੀ ਜੱਗਾ ਸਿੰਘ ਦਾ ਜਿਹੜਾ ਸੰਸਕਾਰ ਆ ਉਹ ਕੀਤਾ ਜਾਵੇਗਾ। ਪੰਜਾਬੀ ਲੋਕ ਚੈਨਲ ਲਈ ਸੰਜੀਵ ਗੋਇਲ, ਸੰਗਰੂਰ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਬਿੰਦਰਜੀਤ ਕੌਰ ਹੈ, ਪਿੰਡ ਰਕਬਾ, ਜ਼ਿਲ੍ਹਾ ਲੁਧਿਆਣਾ ਤੋਂ ਬੋਲ ਰਹੀ ਹਾਂ ਮੈਂ। ਮੈਨੂੰ ਜੀ ਮਲਟੀਪਲ ਮਾਇਲੋਮਾ ਦੀ ਸ਼ਿਕਾਇਤ ਸੀਗੀ, ਮੈਨੂੰ 3 ਕੁ ਸਾਲ ਪਹਿਲਾਂ ਪਤਾ ਚੱਲਿਆ ਇਸ ਦੇ ਬਾਰੇ 'ਚ। ਉਸ ਤੋਂ ਪਹਿਲਾਂ ਮੈਂ ਬਹੁਤ ਡਾਕਟਰਾਂ ਕੋਲ ਬਹੁਤ ਫਿਰੀ ਹਾਂ, ਗੁੜਗਾਓਂ ਗਈ, ਚੰਡੀਗੜ੍ਹ, ਮੋਹਾਲੀ, ਲੁਧਿਆਣਾ, ਵੱਡੇ ਵੱਡੇ ਹੋਸਪਿਟਲ ਦੇ ਵਿੱਚ ਗਈ ਜਿੱਥੋਂ ਕਿ ਮੈਨੂੰ ਡਾਕਟਰ ਸਾਹਿਬ ਨੇ ਬਹੁਤ ਮਹਿੰਗਾ ਇਲਾਜ ਦੱਸਿਆ ਸਾਰਿਆਂ ਨੇ। ਅਤੇ ਉਸ ਤੋਂ ਬਾਅਦ ਫਿਰ ਮੈਨੂੰ ਕਿਸੇ ਨੇ ਇੱਥੋਂ ਪਤਾ ਚੱਲਿਆ ਸਾਨੂੰ ਲੁਧਿਆਣੇ ਤੋਂ ਹੀ ਕਿ ਕੁਹਾੜੇ ਰਮਨ ਕੇਅਰ ਸੈਂਟਰ ਹੈ, ਕੈਂਸਰ ਕੇਅਰ ਸੈਂਟਰ। ਫਿਰ ਅਸੀਂ ਉੱਥੇ ਗਏ ਡਾਕਟਰ ਹਰਵਿੰਦਰ ਸਿੰਘ ਜੀ ਕੋਲ, ਅਤੇ ਇੱਥੋਂ ਫਿਰ ਮੈਂ 6-7 ਮਹੀਨੇ ਦਵਾਈ ਖਾਧੀ ਹੈ। ਦਵਾਈ ਖਾ ਕੇ ਫਿਰ ਮੈਂ ਬਿਲਕੁਲ ਨੋਰਮਲ ਹੋ ਗਈ, ਮੇਰੇ ਸਾਰੇ ਟੈਸਟ ਜਿਹੜੀਆਂ ਰਿਪੋਰਟਸ ਸਾਰੀਆਂ ਨੋਰਮਲ ਆਈਆਂ ਨੇ।